22 ਜਨਵਰੀ ਨੂੰ ਅਯੋਧਿਆ ਦੇ ਵਿੱਚ ਨਿਹੰਗ ਸਿੰਘ ਲੰਗਰ ਲਾਉਣਗੇ। ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਨਿਹੰਗ ਸਿੰਘਾਂ ਵੱਲੋਂ ਲੰਗਰ ਲਾਇਆ ਜਾਵੇਗਾ। ਨਿਹੰਗ ਬਾਬਾ ਫਕੀਰ ਸਿੰਘ ਦੇ 8ਵੇਂ ਵੰਸ਼ਜਾਂ ਦੇ ਵੱਲੋਂ ਐਲਾਨ ਕੀਤਾ ਗਿਆ। ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਬਾਬਾ ਹਰਜੀਤ ਸਿੰਘ ਨੇ ਐਲਾਨ ਕੀਤਾ 3 ਨਵੰਬਰ 1858 ਨੂੰ ਨਿਹੰਗਾਂ ਨੇ ਬਾਬਰੀ ਢਾਂਚੇ 'ਤੇ ਕਬਜ਼ਾ ਕੀਤਾ ਸੀ। ਨਿਹੰਗ ਬਾਬਾ ਫਕੀਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਇਹ ਕਬਜ਼ਾ ਕੀਤਾ ਸੀ। ਕਬਜ਼ਾ ਕਰਕੇ ਉੱਥੇ ਹਵਨ ਕੀਤਾ ਅਤੇ ਸਾਰੀਆਂ ਦੀਵਾਰਾਂ 'ਤੇ ਸ਼੍ਰੀ ਰਾਮ ਲਿਖਿਆ ਅਤੇ ਹੁਣ ਉਹਨਾਂ ਦੇ ਵੰਸ਼ਜ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ, ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਲੰਗਰ ਲਾਉਣਗੇ ਅਯੋਧਿਆ ਦੇ ਵਿੱਚ। ਮੈਂ ਗੱਲ ਕਰ ਰਿਹਾ ਜਥੇਦਾਰ ਬਾਬਾ ਫਕੀਰ ਸਿੰਘ ਜੀ, ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਉਸ ਖਾਲਸਾ ਹੋਣ ਦਾ ਸਮਾਜ ਨੂੰ ਇੱਕ ਸੰਦੇਸ਼ ਦਿੱਤਾ, ਜਿਹਦੇ ਆਧਾਰ 'ਤੇ ਅੱਜ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੀ ਜਨ ਭੂਮੀ ਦੇ ਵਿੱਚ ਆਉਣ ਵਾਲੀ 22 ਜਨਵਰੀ ਰਾਮ ਲਲਾ ਜੀ ਬਿਰਾਜਮਾਨ ਹੋ ਜਾ ਰਹੇ ਨੇ। ਮੈਂ ਉਹਨਾਂ ਦੇ ਪਰਿਵਾਰ ਦੀ 8ਵੀਂ ਪੀੜ੍ਹੀ ਦਾ ਅੰਸ਼ ਵੰਸ਼ ਹਾਂ। ਸੋ ਉਹਨਾਂ ਦੀ ਕੁਰਬਾਨੀ ਇੱਕ ਦੇਸ਼ ਨੂੰ ਇੱਕ ਅਜਿਹਾ ਸੁਨੇਹਾ ਦੇ ਕੇ ਗਈ ਹੈ, ਜਿਸ ਵਿੱਚ ਉਹਨਾਂ ਨੇ ਉਸ ਸਮੇਂ 1858 ਦੇ ਵਿੱਚ ਆਪਣੇ ਨਿਹੰਗ ਸਿੰਘ ਸਾਥੀਆਂ ਦੇ ਨਾਲ ਉਹਨਾਂ ਮੁਸਲਮਾਨਾਂ ਤੋਂ ਉਸ ਮਸਜਿਦ ਨੂੰ ਆਜ਼ਾਦ ਕਰਾ ਕੇ ਦੁਬਾਰਾ ਉੱਥੇ ਰਾਮ ਦੇ ਨਾਮ ਦਾ ਹਵਨ ਕੀਤਾ। ਉਪਰੰਤ ਉਹਨਾਂ ਦੇ ਅੰਗੇਸਟ ਉੱਥੇ ਦੀ ਕੋਤਵਾਲ ਦੇ ਵਿੱਚ FIR ਕੱਟ ਹੋਈ ਅਤੇ ਜਿਹਦੇ ਆਧਾਰ 'ਤੇ ਸਾਨੂੰ ਉਹ ਪਿਛਲਾ 700 ਸਾਲ ਵੀ ਉੱਥੇ ਪਹਿਲਾਂ ਰਾਮ ਮੰਦਰ ਸੀ ਉਹਦੇ ਪਰੂਫ ਮਿਲੇ, ਤਾਂ ਅੱਜ ਉਹ ਸੁਪਰੀਮ ਕੋਰਟ ਦੀ ਆਜ਼ਾਦ ਦੇ ਨਾਲ ਉੱਥੇ ਰਾਮ ਜੀ ਬਿਰਾਜ ਰਹੇ ਨੇ। ਸੋ ਉਸ ਪਰਿਵਾਰ ਦੀ ਮੈਂ ਉਸ ਕੁਰਬਾਨੀ ਨੂੰ ਜਿੱਥੇ ਆਪ ਜੀਆਂ ਦੇ ਅੱਗੇ ਪੇਸ਼ ਕਰਦਾ, ਉੱਥੇ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਮਿਲ ਕੇ ਉਸ ਰਾਮ ਚੰਦਰ ਮਹਾਰਾਜ ਦੀ ਭੂਮੀ 'ਤੇ ਆਪਾਂ ਲੰਗਰ ਲਗਾਈਏ, ਵੱਖ ਵੱਖ ਸੇਵਾਵਾਂ ਕਰੀਏ, ਇੱਕ ਸਮਾਜ ਨੂੰ ਅੱਛਾ ਸੁਨੇਹਾ ਦਈਏ, ਜਿਸ ਸੁਨੇਹੇ ਦੇ ਨਾਲ ਸਾਡੇ ਸਮਾਜ ਵਿੱਚ ਆਪਸੀ ਜੋ ਦਰਾਰਾਂ ਪਈਆਂ ਨੇ ਉਹ ਖਤਮ ਹੋਣ।